खुशी रखना बंदा ही बदल के रखता मतलब बंदे की गलत जो पै सतारा हजार पै करो है बंदे की जबान फिसलदी है सच्चाई निकलदी है। अज है अपना शूट का दूजा दिन ते आपां लोकेशन ते पहुंच गए तैयार हो गए ते फिलहाल तो सैट सुट लग चुके इतने खाने पीन की तैयारी चलती पी आ बई नहीं लगे पैने सेवा करना साड़ी जसा तैयार होकर बैठे मेकअप लोप के पूरी चंगी तरह गोरा जटा लगी जाता छोना छोना लगी जाता छोना छोना देखता सी लगे चमक रहा रिश्ता दे दिए भाई इन्हों की बदौलत शूट चल रहा पे अपने बिटू भाजी हेलो सब तो हैंडसम बंदा अपने थी है एक वो है नहीं नहीं भाई यार ये प्रधान साहब ने चावी बना रोटी खा दे भाई बहुत मेहनत करता है ये बगैर तो सू चाह मिलनी नहीं हैगी भाई वगैरह जो ही थैंक यू भाई यार सिद्धू भाई रोटी खा ली झूठ ना बोलो पता मैं बई ने सब रोटी खवा दी आप रह गए हूँ खान गए लेट कम कर जिगरा हौसला दिल सब होना चाहिए बिल्कुल स्टार्टिंग इतों ही करने हूं आप भाई एक टेक हैगा इहदे नाल मैं इदां मुक्का जिहा मार के ना छाती ते कहना चल ठीक है मैं चलदा हूं थोड़ा चार पांच बार ले लियो टाइम हो रहा रात का अड्डे अगले सीन की तैयारी चल रही है बाई जी लाइटा सेट करते पे ने इधर गप्पां चल दियां पे
ਭਾਈ ਐਡੀਟਰ ਵੀ ਆ ਐਡੀਟਰ 6 ਫਿਲਮ ਐਡਿਟ ਕਰਦੀਆਂ ਨੇ ਅੱਛਾ ਮੇਰੇ 6 ਫਿਲਮ ਐਡਿਟ ਕੀਤੀਆਂ ਨੇ ਬੱਲੇ 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 5-6 ਤੋਂ ਗਾਣਾ ਕਰਦਾ ਨੇ ਕੀ ਬਾਤ ਹੈ ਛੱਡੀ ਮਰਦ ਬੱਡੀਆਂ ਮੱਲਾ ਮਾਰ ਗਿਆ ਚੁੱਪ चलो भाई सारी रात इन तो काम करा यही तरीफ चाहिए यही सारा कुछ चाहिए चलो चलो शॉट देख लो भाई दोबारा दिखाई मारे बिंदु साहब तारीफ लेनी दसो कि तारीफ बंबे बिट्टू कहते हैं मेनू तो कहना मैं पीनी नहीं तुसी मैं पूछा हूं भाई फुल सेवा कर रहा सच्ची मतलब जी बंद जिन्होंने देखा पहली बार वो बंदा यही नहीं सी वो कट्टड़ जिहा बंदा सी भी ना यार काम ऐदा ही होंदा यार काम ऐदा ही होंदा नहीं मतलब बड़ा अच्छा लगेगा तो फेस पे नेचुरल नेगेटिविटी भाई ए नहीं पता तारीफ हुई है की होया समझ नहीं लगी ये नेचुरल नेगेटिविटी नहीं है नेचुरल ਤੁਸੀਂ ਐਟੀਟਿਊਡ ਕਹਿ ਸਕਦੇ ਹੋ ਪਰ ਉਹ ਐਟੀਟਿਊਡ ਵੀ ਮੇਰੇ ਚ ਹੈ ਨਹੀਂਗਾ ਜੇ ਐਟੀਟਿਊਡ ਹੁੰਦਾ ਫਿਰ ਮੈਂ ਚਾਹਣਾ ਕਰਦਾ ਐਟੀਟਿਊਡ ਦੀ ਗੱਲ ਹੀ ਕਰਨੀ ਹੈ ਇੱਕ ਤਾਂ ਫੇਸਬੁੱਕ ਦਾ ਕੁਝ ਚੀਜ਼ਾਂ ਹੁੰਦੀਆਂ ਹੁਣ ਸਾਰੀਆਂ ਨਹੀਂ ਇਹਦੇ ਵਲੌਗ 'ਚ ਦੱਸਣੀਆਂ ਮੈਂ ਬਾਅਦ 'ਚ ਦੱਸੂਗਾ ਤੁਹਾਨੂੰ ਹੈਕ ਕਰ ਲੂਗਾ ਨਾ ਨਾ ਮੈਂ ਮਿਊਟ ਕਰ ਦੂੰ ਬਾਈ ਉੱਤੇ ਬੀਪ ਲਾ ਦੂੰਗਾ ਤਕੜੀ ਜੀ ਤੁਸੀਂ ਉਹਦੇ ਕਿਰਦਾਰ 'ਚ ਬਣ ਜੂਗੇ ਫਕੀਰ ਦੇ ਕਿਰਦਾਰ 'ਚ ਆ ਜਾਓਗੇ ਮੇਰੀ ਗੱਲ ਸੁਣੋ ਬਹੁਤ ਜਲਦੀ ਟੱਪਿਆਂ ਦੀ ਸ਼ੂ ਆ ਰਹੀ ਹੈ ਸਰ ਗੱਲ ਟੱਪਿਆਂ ਦੀ ਟੱਪਿਆਂ ਦੀ ਟੱਪਿਆਂ ਮਤਲਬ
ਟੰਬੇ ਦੱਸੋ ਬਾਈ ਕੀ ਆ ਮਤਲਬ ਬਹੁਤ ਛੇਤੀ ਛਿੱਤਰ ਵਰਨ ਵਾਲੇ ਨੇ ਜਿਹਦੀ ਦੀ ਕੰਮ ਕਰ ਲਓ ਚਾਹ ਪੀ ਕੇ ਹਾਂਜੀ ਬਾਈ ਉਹਦੇ ਪੈਰ ਨਹੀਂ ਮਾਰੀ ਦਿੰਦਾ ਬਾਈ ਇੱਜ਼ਤ ਆ ਯਾਰ ਉਹ ਪਿਆਰ ਆ ਉਹ ਸ਼ਰਾਬੀ ਬੰਦੇ ਨੂੰ ਪੁੱਛ ਕੇ ਦੇਖੋ ਜਦ ਪੈਰ ਵੱਜਦਾ ਕੀ ਹੁੰਦਾ ਫਿਰ ਕਿਉਂ ਬਾਈ ਸੱਚ ਬੋਲਿਆ ਨਾ ਮੈਂ ਮੈਂ ਕੀ ਬੋਲਾਂ ਹੁਣ ਯਾਰ ਫਿਰ ਤਾਂ ਬੋਲਤੀ ਬੰਦ ਹੋ ਗਈ ਬੇਇੱਜ਼ਤੀ ਵਾਲੀ ਹੋ ਗਈ ਮਤਲਬ ਬੰਦੇ ਦੀ ਗੱਲ ਤੇ ਜਦੋਂ ਪਿਆ 17,000 ਪਿਆ ਕਰੂ ਹੈ ਸਾਡੀ ਰਾਤ 4 ਵਜੇ ਵੀ ਗੱਲ ਹੋਈ ਆ ਵੀ ਜਿਹੜੀ ਚੀਜ਼ ਨਿਕਲ ਕੇ ਆ ਰਹੀ ਆ ਨਾ ਬਹੁਤ ਹੀ ਖਤਰਨਾਕ ਦਮਦਾਰ ਹੈ ਮਤਲਬ ਬਿੱਟੂ ਨੇ ਤੁਹਾਨੂੰ ਰੰਗ ਹੀ ਨੀ ਦਿਖਾਇਆ ਮੈਂ ਕੁੜੀ ਦੀ ਲਾਈਨ ਬਾਈ 2-3 ਵਾਰ ਲਾਊਂਗਾ ਰਿਪੀਟ ਤੇ 2-3 ਵਾਰ ਇਹ ਸਾਰੇ ਵੀਡੀਓ ਨਾਲ ਖੁੱਲ੍ਹ ਰਹੇ ਇਹ ਸਾਰੇ ਆਪਾਂ ਜਿਹੜੇ ਵਿਊਜ਼ ਨਹੀਂ ਬਣਾਉਂਦੇ ਕਿਹਨੇ ਕਿਹਨੇ ਪ੍ਰਮੋਸ਼ਨ ਬੜੇ ਘੈਂਟ ਲੈਵਲ ਤੇ ਹੋਜੂ ਬਾਅਦ ਚ ਅਸੀਂ ਯੂਟਿਊਬ ਤੇ ਪਾਣੀ ਆ ਉਹਦੇ ਟੈਗ ਹੋ ਜਾਂਦਾ ਬਾਈ ਕੁਝ ਕਹਿਣ ਲੱਗੇ ਨੇ ਬਾਈ ਸੁਣੋ ਮੇਰੀ ਗੱਲ ਸੁਣੋ ਆਪਣਾ ਸ਼ਡਿਊਲ ਕਿੰਨੇ ਦਿਨ ਦਾ ਜਦੋਂ ਤੱਕ ਤੁਸੀਂ ਕਹੋ ਲੱਗੇ ਰਵਾਂਗੇ ਇੰਨਾ ਟੀ ਬ੍ਰੇਕ ਪੈਂਦੀ ਰਹੀ ਤੇ 40 ਦਿਨਾਂ ਦਾ ਹੋ ਜਾਣਾ ਸੀ ਨਹੀਂ ਨਹੀਂ ਮੈਂ ਹੱਥ ਜੋ ਪੜ ਲੈ ਇਹਦੇ ਬਾਰੇ ਗੱਲ ਫਿਰ ਮੈਂ ਤੁਹਾਨੂੰ ਦੱਸਾਂਗਾ ਚਾਹ ਹੱਥ ਜੋ ਪੜ ਲਓ ਇਹਨਾਂ ਦੇ ਚਾਹ ਪੀ ਕਿਉਂਕਿ ਆਪਣੇ ਕੋਲ ਸਕੂਲ ਦਾ ਜਿਹੜਾ ਟਾਈਮ ਹੈ ਆਰਟਿਸਟ ਬਹੁਤ ਘੱਟ ਆ ਬਿਲਕੁਲ ਸਹੀ ਸਿੱਧੂ ਬਾਈ ਸਿੱਧੂ ਬਾਈ ਇੱਥੇ ਡਾਇਲੌਗ ਹੋ ਜੇ ਕਿ ਜੇ ਮੈਂ ਚਾਹ ਦੇਣਾ ਜਾਣਦਾ ਤਾਂ ਖੋਣਾ ਵੀ ਜਾਣਦਾ ਕੋਈ ਨਾ ਲੈ ਚਾਹ ਬਹੁਤ ਸਰਾਪ ਨਹੀਂ ਬਾਈ ਚਾਹ ਦਾ ਪੈਸਾ ਲੈਣੇ ਬਾਈ ਫਿਲਮ ਦੇ ਕ੍ਰੈਡਿਟ ਦੇ ਐਂਡ ਦੇ ਨਾਮ ਪੱਕਾ ਪਾਉਣਾ ਚਾਹ ਵਾਸਤੇ ਬਾਈ ਦਾ ਧੰਨਵਾਦ ਖੜ ਜਾਓ ਕਹਿੰਦੇ ਸਾਲੇ ਮੇਰੀ ਸ਼ਰੀਫੀ ਦੇਖੀ ਜਾਂਦੇ ਖੜ ਜਾਓ ਹੁਣ ਤੁਸੀਂ ਨਾ ਚਾਰਜ ਕਰ ਨੂੰ ਫੇਮ ਘੋਲ ਕੇ ਖੋ ਬਾਈ ਬਾਈ ਆਪਣੇ ਕੋਲ ਟਾਈਮ ਹੈਗਾ ਹੁਣ ਚਲੋ ਚੱਲੀਏ ਬਾਈ ਚਲੋ ਬਾਈ ਹੋ ਜਾਓ ਖੜੇ ਯਾਰ ਕੀ ਹੁੰਦਾ ਬਈਆ ਕੀ ਹੋ ਰਿਹਾ ਰੋਟੀ ਤੁਸੀਂ ਖਾਧੀ ਨੀ ਸੀ ਆਹ ਕੰਮ ਬੜਾ ਮਾੜਾ ਬਈ ਕੱਲ ਵੀ ਨੀ ਤੁਸੀਂ ਖਾਧੇ ਸਲਮਾਨ ਖਾਨ ਵਾਲਾ ਕੰਮ ਹੈ ਕੀ ਪਿਆ ਬਈ ਕੀ ਪਿਆ ਕੀ ਪਿਆ ਬਈ ਸਮੈਲ ਆ ਰਹੀ ਹੈ ਯਾਰ ਕੁਝ ਫੁਗ ਰਿਹਾ ਅੱਛਾ ਭਾਜੀ ਕਿੱਦਾਂ ਲੱਗਦੀ ਹੈ ਐਕਟਿੰਗ ਸਹੀ ਆ ਸ਼ੁਕਰੀਆ ਮੈਂ ਵੀ ਆਹੀ ਕਹਿ ਕੇ ਆਇਆ ਬਾਈ ਉਹਨਾਂ ਨੇ ਤਵਾ ਗਰਮ ਕਰਿਆ ਉਹਨਾਂ ਨੇ ਤਵਾ ਗਰਮ ਕੀਤਾ ਤਾਂ ਸਮੈਲ ਆ ਰਹੀ ਹੈ ਕਿੱਦਾਂ ਲੱਗ ਰਿਹਾ ਕੰਮ ਸੈਟਅਪ ਬਈ ਮੈਨੂੰ ਲੱਗਿਆ ਕਿ ਸਾਡੀ ਹੈ ਪਰ 11 ਬੰਦੇ ਬੈਠੇ ਉੱਥੇ
ਕਿਸ਼ਨ ਜੀ बंदे दी जबान फिसलदी है सच्चाई निकलदी है लड़ना नहीं यार ऐ नहीं करना यार की करी जाने शराबी भाई ओ भाई देख कितने चढ़ाया लाने लौटा भाई काम जसे भाई दरवाजा ला दे हूँ बार आवाजा जाते हो भाई भाई ना प्रैंक करिए क्या कर बंद कर ले भाई झंडे आ फिल्म तो बाद पक्का खोल लेनी है ठीक है डन अपने को बंदे सारे ने अज बस थोड़ा चौंक पूरू चौंक के पूरे का ढाबा जोत बुलाई सी कौन ज्योति आ गई सही लगे मेकअप बंदा ही बदल के रखता गुड है ओके ओके बाय बाय टेक आ गया भाई एक सीन तो डन हो गया तो हम आप ड्रेस चेंज करनी है ये जी टाइम रात का 12:13 अगले दिन शुरू हो गया काम तक जाना सवेरे चलो भाई ड्रेस चेंज कर ली हाँ भाई रात दे 1:30 बजे की चाह कप खाली पैना जी रात 1:30 बज गए ने शूट चली जाता अभी सारे थक गए थे वो करके हम चाह धरी है चाह भाई ने बना दी चाह से पी के हम दोबारा फिर शुरू कर देंगे कला कला चक के कप पाई वधिया रहेगा हाथ नहीं टोना यार एक और ही चलन दे उसकी भी बंदा है पाऊ जी हुन मेरे हाथ ट्रे आया यार 1 मिनट रुको मड़े कड़े जी हो लन दो हां जी तू किंबल ते लागे कितना पाजी नींद तक नींद बिल्कुल नहीं आ रही बंदा चाह चाह तो एक वैसे सुरूर जा रहा था यहां कुछ तो है है बस कल भी अंदर हो जी ना कोई ये ना दे दे कट दे जा तो फिर ना कने एक कड़ा कोई ये ना समझ आता है टेंशन नहीं कर रहे डंडा है की हो गया भाई यार शूट कर रहे यार खुशी रख ना बेटा टेंशन नहीं भाई रात दा टाइम हो रहा सवा दो प्रधान जी गंद पवा के ठीक है सारा भांडे मिट धोन लगे ने छोटे भाने काम चली जाता भांडे धोन का एक मिनट करते करते कट्ठा करते सारा मैं मां दे
ਬਈ ਟਾਈਮ ਹੋ ਰਿਹਾ ਰਾਤ ਦੇ 4:30 ਮਤਲਬ ਸਵੇਰ ਦੇ 4:30 ਕਹਿ ਦੋ ਯਾਰ ਇੱਕ ਵਾਰੀ ਸਾਰੇ ਜਣੇ ਡੁੱਬ ਗਿਆ ਛੋੜ ਲਿਆ ਕਹਿ ਦੋ ਅਗਲੇ ਦਿਨ ਚੜ ਗਿਆ ਕੱਲ ਦੇ ਲੱਗੇ ਆਇਆ ਛੋੜ ਗਿਆ ਜੀ ਸ਼ਾਮ ਦੇ ਚਲੀ ਜਾ ਰਿਹਾ ਚਲੀ ਜਾ ਰਿਹਾ ਚਲੀ ਜਾ ਰਿਹਾ ਕੋਈ ਨਹੀਂ ਕਹਿ ਰਿਹਾ ਤੇ ਮਰਜ਼ੀ ਮੇਰਾ ਹੋ ਲਿਆ ਖਤਮ ਥੋੜ੍ਹਾ ਦੇ ਰਹਿ ਗਿਆ ਇੱਕ ਦੋ ਟੇਕ ਚਾਰ ਵੱਜ ਗਏ ਆ ਮਤਲਬ ਹੁਣ ਕਰਨਾ ਕੁਛ ਨੀ ਗਾ 10 ਵਜੇ ਜਾਣਾ ਆਫਿਸ ਦੋ ਘੰਟੇ ਦੀ ਨੀਂਦ ਫਿਰ ਤਿਆਰ ਹੋ ਕੇ ਲੰਘ ਲਾਂਗੇ ਡਨ ਬਣਾਈਏ ਹਾਂ ਹੁਣ ਆਪਣਾ ਛੋਟਾ ਵਾਲਾ ਕੰਮ ਹੋ ਗਿਆ ਹੁਣ ਆਪਾਂ ਕਰਨਾ ਕੀ ਆ ਕੌਣ ਕੌਣ ਖਾਊਗਾ ਵੈਸੇ ਬ੍ਰੈਡ ਆਮਲੇਟ ਖਾ ਲੈਣਾ ਭਾਈ ਸਾਰੇ ਫਿਰ ਆਪਾਂ ਇਕੱਲੇ ਇਕੱਲੇ ਬ੍ਰੈਡ ਨਾਲ ਆਮਲੇਟ ਦਈਏ ਇਹ ਬ੍ਰੈਡ ਘੱਟ ਰਹੇ ਕੜਛੀ ਦਿਓ ਹੁਣ ਚਾਹ ਬਣ ਕੇ ਚਾਹ ਓਕੇ ਸਿੱਧੂ ਹਲੋ ਓ ਸਿੱਧੂ ਕਦੀ ਪੈ ਤੋ ਫਿਰ ਹਾਂ ਠੀਕ ਕਿੰਨੇ ਵਜੇ ਦਾ ਸਵੇਰ ਦਾ ਕਾਲ ਨੇ ਜਿੰਨਾ ਵੀ ਦਾ ਕਾਲ ਬੰਦ ਹਾਂਜੀ ਤੋ ਕੁੜੀਆਂ ਨੂੰ ਛੱਡ ਆਇਆ ਯਾਰ ਵੈਰੀ ਗੁੱਡ ਕੰਮ ਆਊ ਮੇਰੇ ਹੁਣ ਕੋਈ ਸਵੇਰ ਦਾ ਟਾਈਮ 5:02 ਆ ਪੈਕਅਪ ਹੋਣ ਲੱਗ ਗਿਆ ਅਤੇ ਉਹਦੀ ਤਿਆਰੀ ਸਿੱਧੂ ਭਾਈ ਤਾਂ ਸੌ ਗਏ ਨੇ ਉਹ ਵੀ ਸੌਣ ਲੱਗੇ ਇੱਥੇ ਲੱਗੇ ਤਾਂ ਕਿ ਸਫ਼ਾ ਲੱਭ ਗਏ ਓਕੇ ਵੀਰੇ ਕੰਮ ਕਿੱਦਾਂ ਲੱਗਿਆ ਸਰ ਬਹੁਤ ਵਧੀਆ ਔਰ ਇੰਨਾ ਕਿਹਾ ਥੱਕੇ ਨਹੀਂ ਹੈਗੇ ਅੱਜ ਕਰਕੇ ਹੈ ਨਾ ਜਿੰਨਾ ਇੱਦਾਂ ਵੀ ਹੁਣ ਵੀ ਆਪਾਂ ਕਰ ਸਕਦੇ ਅੱਗੇ ਭੋਰਾ ਥਕਾਨ ਨਹੀਂ ਹੈਗੀ ਬਸ ਆਹ ਅੱਖਾਂ ਹੀ ਬੰਦ ਹੋ ਰਹੀਆਂ ਥਕਾਨ ਨਹੀਂ ਬਸ ਆਹ ਗੋਡੇ ਦੁਖਦੇ ਨੇ ਇੱਥੇ ਹੋਰ ਕੁਛ ਨਹੀਂ ਹੋਇਆ ਹਾਂ ਦੇਖ ਲਓ ਬਾਈ ਕੀ ਹਾਲ ਆ ਸਵੇਰ ਦੇ 5:30 ਹੋ ਰਹੇ ਨੇ ਮਤਲਬ 6:45 ਬਾਈ ਉਹਨੂੰ ਤਾਂ ਸੌ ਗਏ ਬਿੱਟੂ ਬਾਈ ਉਹਨਾਂ ਦੀ ਵੀ ਅੱਖਾਂ ਬੰਦ ਉਹ ਉੱਠ ਗਏ ਬਾਈ ਗੁੱਡ ਮਾਰਨਿੰਗ ਹੈ ਚਲੋ ਫਿਰ ਉੱਠ ਜਾ ਬਣਾਓ ਆ ਨਹੀਂ ਬਾਈ ਸੌਂਦਾ ਇਹ ਕਹਿੰਦਾ ਮੈਂ ਤਾਂ ਜਦ ਤੱਕ ਮੂਵੀ ਕੰਪਲੀਟ ਨਹੀਂ ਹੁੰਦੀ ਮੈਂ ਨਹੀਂ ਸੌਂਦਾ ਹੈ ਕਰਕੇ ਛੱਡਾਂਗੇ ਯਾਰ ਚਲ ਆਪਾਂ ਨਹੀਂ ਸੌਣਾ ਚੱਲ ਡਨ ਥੱਕ ਗਿਆ ਸੁੱਖਾ ਮਤਲਬ ਸਹੀ ਹੈ ਯਾਰ ਆਪਾਂ ਕੱਲ੍ਹ ਸ਼ਾਮ ਦੇ ਲੱਗੇ ਪਏ ਹਾਂ ਮਤਲਬ 5:30 ਤੱਕ ਲੱਗਿਆ ਆਪਾਂ ਅਗਲੇ ਦਿਨ ਹਨਾ ਬਹੁਤ 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 ਤਕੜੀ ਮਿਹਨਤ ਕਰੀ ਆਪਾਂ ਬਹੁਤ ਤਕੜੀ ਵਧੀਆ ਮੈਂ ਤਾਂ ਕਹਿੰਦਾ ਲੱਗੇ ਰਹੋ ਯਾਰ ਛੇਤੀ ਜਿੰਨਾ ਨਿਬੜਦਾ ਨਾ ਉਹਨਾਂ ਬੈਸਟ ਆ ਮੇਰੇ ਕੋਲ ਇੱਕ ਹੈਗੀ ਆ ਖੁਰਾਕ ਬਾਈ ਆਰਟਿਸਟਾਂ ਦੀ ਕੋਈ ਨਹੀਂ ਥੱਕੂਗਾ ਸੌਣ ਲੱਗੇ ਮੈਂ ਕਿਹਾ ਕਦੇ ਥੱਕ ਕੇ ਦਿਖਾ ਦੇਣਾ ਜੋ ਮੈਂ ਕਹਿ ਰਿਹਾ ਉਹ ਸੱਚਾ ਤੇ ਜਿਹਨੂੰ ਸਮਝ ਆ ਗਈ ਉਹਨੂੰ ਹੀ ਪਤਾ ਵੀ ਕਿਹੜੀ ਖੁਰਾਕ ਦੀ ਗੱਲ ਕਰਦਾ ਪੂਰੀ ਰਾਤ ਲਾ ਰੱਖੋ ਪੂਰਾ ਦਿਨ ਲਾ ਰੱਖੋ ਚਲ ਬਾਈ ਆਪਾਂ ਸੌਂਦੇ ਹੁਣ 5:30 ਮਤਲਬ ਸਵੇਰ ਦੇ 7:08-9 ਮੈਂ ਜਾਣਾ ਆਫਿਸ 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 ਦੀ ਹਿੰਦੀ ਪੰਜਾਬੀ ਕੀ ਹੁੰਦੀ ਹੈ ਦਫ਼ਤਰ ਦੇਖੋ ਕਿੰਨਾ ਸੋਹਣਾ ਅਸੀਂ ਨਹੀਂ ਜਾਣਾ ਭਾਈ ਅਸੀਂ ਸੌਣਾ ਅਤੇ ਦੁਪਹਿਰੇ ਉੱਠਣਾ 12 ਵਜੇ ਫਿਰ ਕੰਮ ਕਰਾਂਗੇ ਦੁਬਾਰਾ ਸ਼ੁਰੂ ਕਰ ਦਾਂਗੇ ਉੱਦਾਂ ਹੀ ਵਧੀਆ ਭਾਈ ਜ਼ਿੰਦਗੀ ਤੁਹਾਡੀ ਆ ਇਸ ਤਾਂ ਬਿਜ਼ੀ ਬੰਦੇ ਆ ਉਹ ਭਰਾਵਾ ਅਸੀਂ ਜੀ ਰਹੇ ਬਾਕੀ ਯਾਰ ਬਹੁਤ ਵਧੀਆ ਯਾਰ ਸ਼ੂਟ ਸੀਗਾ ਅੱਜ ਬਹੁਤ ਮਜ਼ਾ ਆਇਆ ਸਾਰਿਆਂ ਨੇ ਮਿਹਨਤ ਕੀਤੀ ਆ ਬਾਈ ਉਹ ਥੱਕ ਥੁੱਕ ਕੇ ਸੌ ਗਏ ਅਤੇ ਆਪਾਂ ਵੀ ਸੋਨੇ ਹਾਂ ਬਾਈ ਅੱਜ ਦਾ ਦਿਨ ਤੁਹਾਨੂੰ ਦਿਖਾ ਤਾ ਕਿੱਦਾਂ ਦਾ ਸੀ ਕੱਲ੍ਹ ਦਾ ਦਿਨ ਵੀ ਆਪਾਂ ਕੱਲ੍ਹ ਦਿਖਾਵਾਂਗੇ ਅੱਗੇ ਜੀ ਬਾਏ ਗੁੱਡ ਨਾਈਟ ਆ